अदील ने याद ने अंदर मैं चांदी की मिसरी पैन और पाई ना भी छोड़ा चंद मिसर में इस जिमानी पेश कर सा अपने को लूं क्योंकि मेरी पसंदीदा गल है मैं कुछ स्टार्टिंग की गल गई थी ਜ਼ਿਕਰੀ ਸਾਹਿਬ ਨੇ ਜਿਹੜੇ ਸ਼ੇਰ ਉਹ ਵੀ ਪੇਸ਼ ਕਰ ਸਾ ਤੇ ਚੰਦ ਗੱਲਾਂ ਸਾਹਿਬ ਨੇ ਕੋਲ ਵੀ ਪੇਸ਼ ਕਰ ਸਾ ਜਿਤਨੇ ਵੀ ਅਦੀਲ ਮਰਹੂਮ ਨੇ ਫੈਮਿਲੀ ਨੇ ਮੈਂਬਰ ਜਿਤਨੇ ਸੰਗੀ ਦੋਸਤ ਜਿਤਨੇ ਭਰਾ ਅਸਾਂ ਉਹਨਾਂ ਨੇ ਗਾਮੀ ਬਰਾਬਰ ਨੇ ਸ਼ਰੀਕਾਂ ਕਿਉਂਕਿ ਮੌਤ ਦਾ ਗਮ ਡਾਡਾ ਗਮ ਹੈ ਮੈਂ ਚੰਦ ਮਿਸਰੇ ਸਾਥੀਆਂ ਦੀ ਫਰਮਾਇਸ਼ ਦੇ ਮੁਤਾਬਕ ਪੇਸ਼ ਕਰ ਸਾ ਅਦੀਲ ਸਾਹਿਬ ਨੇ ਮਾਮੂ ਚੌਧਰੀ ਸਾਹਿਬ ਸਾਹਿਬ ਹਵਾਲਦਾਰ ਗਜ਼ਰਫਰ ਸਾਹਿਬ ਚੌਧਰੀ ਖਾਦੇ ਸਾਹਿਬ ਚੌਧਰੀ ਫੈਸਲ ਚੌਧਰੀ ਸਿਕੰਦਰ ਚੌਧਰੀ ਮਦਰ ਸਰਦਾਰ ਤਲਕ ਜਮੀਲ ਸਾਹਿਬ ਰਫੀਕ ਸੋਹੇਲ ਭੈਣ ਔਰ ਭਾਈ ਦਾ ਵਿਛੋੜਾ ਅਲੀਜਾ ਭੈਣਾਂ ਨੇ ਬੜੇ ਮਾਣ ਹੋਣੇ ਆਪਣੇ ਵੀਰਾਂ ਦੇ ਕਿਉਂਕਿ ਜਿਸ ਟਾਈਮ ਭੈਣਾਂ ਘਰ ਵਿੱਚੋਂ ਅਲਵਿਦਾ ਹੋਣੀਆਂ ਤੇ ਭਾਈ ਉਹਨਾਂ ਦੀ ਬੜੀ ਸ਼ਬਕਤ ਨਾਲ ਔਰ ਬੜੀ ਮੁਹੱਬਤ ਨਾਲ ਘਰ ਵਿੱਚੋਂ ਅਲਵਿਦਾ ਕਰਨੇ ਲੇਕਿਨ ਕੁਝ ਐਸੀਆਂ ਬਦਬਖਤ ਪੈਣਾ ਕਿ ਜਿਹਨਾਂ ਨੇ ਜਵਾਨ ਵੀਰ ਦਲਾਸਾ ਦੇਣ ਤੋਂ ਪਹਿਲੇ ਇਸ ਦੁਨੀਆ ਫਾਨੀ ਨੂੰ ਛੋੜ ਗਿਆ ਜਵਾਨੀ ਨੇ ਆਲਮੀ ਤੇ ਇੱਕ ਭੈਣ ਦੀ ਫਰਿਆਦ ਮੀਆਂ ਸਾਹਿਬ ਨੇ ਇੱਕ ਮਿਸਰਾ ਪੇਸ਼ ਕਰ ਸਾ ਫਿਰ ਉਸ ਦੇ ਨਾਲ ਹੀ ਚਾਹ ਦੇ ਮਿਸਰੇ ਪੇਸ਼ ਕਰ ਸਾ ਮੇਰਾ ਉਹ ਮੈਂ ਕਿਸੇ ਅੱਗੇ
ਖਜੂਰਾ ਪੱਤਰ ਜਿਨ੍ਹਾਂ ਦੇ ਸਾਵੇ ਜਿਸ ਦਮ ਨਾਲ ਪਰੀ ਤੇ ਸਾਡੀ ਸਾਨੂੰ ਉਹ ਦਮ ਨਜ਼ਰ ਨਾ ਆਵੇ। ਛਾਲਾ ਮਰਨ ਨਾ ਵੀਰ ਕਿਸੇ ਦੇ ਨਾ ਹੋਣ ਨਮਾਣੀਆਂ ਪੈਣਾ ਜਿਨ੍ਹਾਂ ਪੈਣਾ ਦੇ ਵੀਰ ਮਰ ਗਏ ਨੀ ਉਹਨਾਂ ਕੀ ਦੁਨੀਆਂ ਤੋਂ ਲੈਣਾ। ਦੱਸਿਆ ਕਿ ਜਿਨ੍ਹਾਂ ਭੈਣਾਂ ਨੇ ਜਵਾਨ ਵੀਰ ਇਸ ਦੁਨੀਆਂ ਫਾਨੀ ਤੋਂ ਸਫ਼ਰ ਕਰ ਜਾਣ ਤੇ ਉਹਨਾਂ ਭੈਣਾਂ ਦੀਆਂ ਇਹ ਖੁਸ਼ੀਆਂ ਅਰਮਾਨ ਸਭ ਖਾਕ ਵਿੱਚ ਮਿਲ ਜਾਣੇ ਤੇ ਇੱਕ ਭੈਣ ਨੀ ਫਰਿਆਦ ਉਹ ਫਰਿਆਦ ਕਿਹੜੀ ਉਹ ਮੈਂ ਅੱਲਾ ਕੋਲੂ ਮੰਗਿਆ ਸੀ ਬੋਦੀ ਵਾਲਾ ਵੀਰ ਵੇ ਅੱਲਾ
ਆਪਣੇ ਵੀਰ ਦੀ ਕਬਰ ਤੇ ਬੈਠੀ ਹੋਈ ਆਹੋ ਜ਼ਾਰੀਆਂ ਕਰਨੀ ਤੇ ਲੋਕ ਉਸਨੂੰ ਸਬਰ ਦੇਣੇ ਇਹ ਗੱਲ ਸਮਝਾਣੇ ਕਿ ਤੇਰਾ ਵੀਰ ਮਰ ਗਿਆ ਕਿਚਰ ਤੱਕ ਤੂੰ ਆਪਣੇ ਵੀਰ ਦੀ ਕਬਰ ਤੇ ਬੈਠੀ ਰਹਿ ਸੀ ਉਹ ਜਿਹੜੇ ਲੋਕ ਜਾਣ ਵਾਲੇ ਮੁਸਾਫਰ ਨੀ ਅਮਸ਼ੀਰਾ ਨੂੰ ਇਹ ਗੱਲ ਕਹਿਣੇ ਕਿ ਉੱਠ ਜਾ ਕਰ ਚੜੀ ਦਾ ਲੇਕਿਨ ਜਿਨ੍ਹਾਂ ਨੇ ਜਵਾਨ ਵੀਰ ਮਰ ਜਾਣ ਤੇ ਉਹਨਾਂ ਨੇ ਉਸ ਫਿਰ ਜਗ੍ਹਾ ਨਹੀਂ ਰਹਿਣੇ ਉਹਨਾਂ ਲੋਕਾਂ ਨੂੰ ਉਹ ਕਿਹੜਾ ਜਵਾਬ ਦੇਣੀ ਮੈਨੂੰ ਕੁਝ ਨਾ ਕਹਿਣਾ ਲੋਕੋ ਵੇ ਕੁਝ ਨਾ ਕਹਿਣਾ ਲੋਕੋ ਵੇ ਮੈਨੂੰ ਕੁਝ ਨਾ